ਇੱਕ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਯਾਤਰੀਆਂ ਨੂੰ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਕੱਢਿਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੰਡੀਕੋ ਦੀ ਫਲਾਈਟ ਦੇ ਵਿੱਚ ਬੰਬ ਦੀ ਖਬਰ ਨਾਲ ਦਹਿਸ਼ਤ ਫੈਲੀ ਹੈ। ਮੌਕੇ ਦੇ ਉੱਤੇ ਹੀ ਕੁਇਕ ਰਿਸਪੌਂਸ ਦੀ ਟੀਮ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 에ਅਰਪੋਰਟ ਸਿਕਿਉਰਿਟੀ ਤੇ ਬੰਬ ਡਿਸਪੋਜ਼ਲ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ। ਫਲਾਈਟ ਨੂੰ ਜਾਂਚ ਤੇ ਛਾਣਬੀਨ ਦੇ ਲਈ ਆਈਸੋਲੇਸ਼ਨ ਵੇ ਦੇ ਵਿੱਚ ਭੇਜਿਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਦਿੱਲੀ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਖਬਰ ਮਿਲੀ। ਇੰਡੀਗੋ ਦੀ ਫਲਾਈਟ ਦੇ ਵਿੱਚ ਬੰਬ ਦੀ ਖਬਰ ਤੋਂ ਬਾਅਦ ਦਹਿਸ਼ਤ ਫੈਲੀ। ਮੌਕੇ ਦੇ ਉੱਤੇ ਕੁਇਕ ਰਿਸਪੌਂਸ ਟੀਮਾਂ ਪਹੁੰਚੀਆਂ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਵਾਰਾਣਸੀ ਇਹ ਇੰਡੀਗੋ ਦੀ ਫਲਾਈਟ ਜਾ ਰਹੀ ਸੀ ਤੇ ਜਾਣਕਾਰੀ ਮੁਤਾਬਿਕ ਫਲਾਈਟ 'ਚ ਇੱਕ ਟਿਸ਼ੂ ਪੇਪਰ ਤੇ ਇਹ ਧਮਕੀ ਲਿਖੀ ਹੋਈ ਸੀ। CISF ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਲਾਈਟ ਨੂੰ ਜਾਂਚ ਤੇ ਛਾਣਬੀਨ ਦੇ ਲਈ ਆਈਸੋਲੇਸ਼ਨ ਵੇ ਦੇ ਵਿੱਚ ਵੀ ਭੇਜਿਆ ਗਿਆ। ਤਾਂ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕੁਇਕ ਰਿਸਪੌਂਸ ਟੀਮਾਂ ਪਹੁੰਚੀਆਂ ਨੇ, ਯਾਤਰੀਆਂ ਨੂੰ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਕੱਢਿਆ ਗਿਆ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਵਿੰਡੋ ਦੇ ਵਿੱਚੋਂ ਦੀ ਜੋ ਯਾਤਰੀ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਜੋ ਫਲਾਈਟ ਸੀ ਉਸਨੂੰ ਛਾਣਬੀਨ ਕਰਨ ਦੇ ਲਈ ਵੇ ਦੇ ਵਿੱਚ ਭੇਜ ਦਿੱਤਾ ਗਿਆ। CISF ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਯਾਤਰੀਆਂ ਨੂੰ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਕੱਢਿਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੰਡੀਗੋ ਦੀ ਫਲਾਈਟ ਦੇ ਵਿੱਚ ਬੰਬ ਦੀ ਖਬਰ ਨਾਲ ਦਹਿਸ਼ਤ ਫੈਲੀ ਹੈ। ਮੌਕੇ ਦੇ ਉੱਤੇ ਹੀ ਕੁਇਕ ਰਿਸਪੌਂਸ ਦੀ ਟੀਮ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 에ਅਰਪੋਰਟ ਸਿਕਿਉਰਿਟੀ ਤੇ ਬੰਬ ਡਿਸਪੋਜ਼ਲ ਟੀਮਾਂ ਨੂੰ ਤੈਨਾਤ ਕਰ ਦਿੱਤਾ ਗਿਆ। ਫਲਾਈਟ ਨੂੰ ਜਾਂਚ ਤੇ ਛਾਣਬੀਨ ਦੇ ਲਈ ਆਈਸੋਲੇਸ਼ਨ ਵੇ ਦੇ ਵਿੱਚ ਭੇਜਿਆ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਦਿੱਲੀ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਖਬਰ ਮਿਲੀ। ਇੰਡੀਗੋ ਦੀ ਫਲਾਈਟ ਦੇ ਵਿੱਚ ਬੰਬ ਦੀ ਖਬਰ ਤੋਂ ਬਾਅਦ ਦਹਿਸ਼ਤ ਫੈਲੀ। ਮੌਕੇ ਦੇ ਉੱਤੇ ਕੁਇਕ ਰਿਸਪੌਂਸ ਟੀਮਾਂ ਪਹੁੰਚੀਆਂ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਵਾਰਾਣਸੀ ਇਹ ਇੰਡੀਗੋ ਦੀ ਫਲਾਈਟ ਜਾ ਰਹੀ ਸੀ ਤੇ ਜਾਣਕਾਰੀ ਮੁਤਾਬਿਕ ਫਲਾਈਟ 'ਚ ਇੱਕ ਟਿਸ਼ੂ ਪੇਪਰ ਤੇ ਇਹ ਧਮਕੀ ਲਿਖੀ ਹੋਈ ਸੀ। CISF ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਲਾਈਟ ਨੂੰ ਜਾਂਚ ਤੇ ਛਾਣਬੀਨ ਦੇ ਲਈ ਆਈਸੋਲੇਸ਼ਨ ਵੇ ਦੇ ਵਿੱਚ ਵੀ ਭੇਜਿਆ ਗਿਆ। ਤਾਂ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ 에ਅਰਪੋਰਟ ਤੇ ਖੜੀ ਫਲਾਈਟ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕੁਇਕ ਰਿਸਪੌਂਸ ਟੀਮਾਂ ਪਹੁੰਚੀਆਂ ਨੇ, ਯਾਤਰੀਆਂ ਨੂੰ ਐਮਰਜੈਂਸੀ ਵਿੰਡੋ ਰਾਹੀਂ ਬਾਹਰ ਕੱਢਿਆ ਗਿਆ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਵਿੰਡੋ ਦੇ ਵਿੱਚੋਂ ਦੀ ਜੋ ਯਾਤਰੀ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਜੋ ਫਲਾਈਟ ਸੀ ਉਸਨੂੰ ਛਾਣਬੀਨ ਕਰਨ ਦੇ ਲਈ ਵੇ ਦੇ ਵਿੱਚ ਭੇਜ ਦਿੱਤਾ ਗਿਆ। CISF ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।